ਯਾਹਨ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮੁਕੇਸ਼ ਸ਼ੰਭਾਨੀ ਦੇ ਬੰਗਲੇ ਐਂਟੀਲੀਆ ਤੋਂ ਆਈ ਵੱਡੀ ਖਬਰ ਪੁਲਿਸ ਨੂੰ ਪੈ ਗਈਆਂ ਇਸ ਕਾਰਨ ਪਾਜੜਾ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅਮਬਾਨੀ ਤੇ ਅਦਾਨੀ ਦੋਵਾਂ ਪ੍ਰਸਿੱਧ ਕਾਰੋਬਾਰੀਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਜੀ ਇਸ ਵਿਰੋਧ ਦੇ ਵਿੱਚਕਾਰ ਹੁਣ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਾਰੋਬਾਰੀਆਂ ਦੇ ਖਿਲਾਫ ਜਿੱਥੇ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਨੇ ਉਸ ਦੇ ਵਿੱਚਕਾਰ ਹੁਣ ਮੁਕੇਸ਼ ਅਮਬਾਨੀ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਮੁਕੇਸ਼ ਅਮਬਾਨੀ ਦੇ ਮੋਬਾਈਲ ਵਾਲੇ ਘਰ ਐਂਟੀਲੀਆ ਦੀ ਸੁਰੱਖਿਆ ਯਾਨੀ ਕਿ ਸੋਮਵਾਰ ਨੂੰ ਅਚਾਨਕ ਜਿਹੜੀ ਰਾਤ ਵਧਾ ਦਿੱਤੀ ਗਈ ਹੈ ਜੀ ਮੁਕੇਸ਼ ਅੰਬਾਨੀ ਦਾ ਘਰ ਦੋਸਤੋ ਤੁਸੀਂ ਆਪਣੇ ਫੋਨ ਦੀ ਡਿਸਪਲੇ ਦੇ ਉੱਪਰ ਦੇਖ ਸਕਦੇ ਜਿਹੇ ਘਰ ਜੋ ਤੁਸੀਂ ਦੇਖ ਰਹੇ ਹੋ ਇਹ ਮੁਕੇਸ਼ ਅੰਬਾਨੀ ਦਾ ਘਰ ਹੈ ਜਿਹੜਾ ਮੋਬਾਈਲ ਦੇ ਵਿੱਚ ਐਂਟੀਲੀਆ ਦੇ ਵਿੱਚ ਸਥਿਤ ਹੈ ਸੋ ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਚੱਲਿਆ ਕਿ ਮੋਬਾਈਲ ਪੁਲਿਸ ਕੰਟਰੋਲ ਰੂਮ ਨੂੰ ਐਂਟੀਲੀਆ ਇੱਕ ਟੈਕਸੀ ਡਰਾਈਵਰ ਦਾ ਫੋਨ ਆਇਆ ਸੀ ਜਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੀ ਟੈਕਸੀ ਦੇ ਰੂਪ ਵਿੱਚ ਬੈਠੇ ਦੋ ਲੋਕ ਐਂਟੀਲੀਆ ਦੀ ਲੋਕੇਸ਼ਨ ਬਾਰੇ ਪੁੱਛ ਰਹੇ ਸਨ ਟੈਕਸੀ ਚਾਲਕ ਨੇ ਇਹ ਵੀ ਆਖਿਆ ਕਿ ਇਹ ਦੋਵਾਂ ਵਿਅਕਤੀਆਂ ਦੇ ਕੋਲੋਂ ਇੱਕ ਕਾਲੇ ਰੰਗ ਦਾ ਬੈਗ ਵੀ ਸੀ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਮੂਡ ਦੇ ਵਿੱਚ ਆ ਗਿਆ ਪੁਲਿਸ ਦੇ ਵੱਲੋਂ ਹੁਣ ਟੈਕਸੀ ਚਾਲਕ ਦੇ ਬਿਆਨ ਦਰਜ ਕਰਕੇ ਮੁਬਈ ਪੁਲਿਸ ਨੇ ਐਂਟੀਲੀਆ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਆ ਬੈਰੀਕੇਡ ਲਾ ਕੇ ਮੁਬਈ ਪੁਲਿਸ ਦੇ ਵੱਲੋਂ ਚੈਕਿੰਗ ਕਾਰਵਾਈ ਜਿਹੜੀ ਸਖਤੀ ਨਾਲ ਕੀਤੀ ਜਾ ਰਹੀ ਆ ਪੁਲਿਸ ਨੂੰ ਉਹਨਾਂ ਦੋਨਾਂ ਸ਼ੱਕੀ ਲੋਕਾਂ ਦੀ ਤਲਾਸ਼ ਹੈ ਜੋ ਐਂਟੀਲੀਆ ਬਾਰੇ ਪੁੱਛ ਰਹੇ ਸਨ ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਲਗਾਤਾਰ ਗੱਲਬਾਤ ਕਰਦੇ ਗਿਆ ਗਿਆ ਕਿ ਟੈਕਸੀ ਚਾਲਕ ਦੇ ਮੁਤਾਬਕ ਉਹ ਦੋ ਲੋਕ ਸਨ ਇੱਕ ਦਾੜੀ ਵਾਲਾ ਸੀ ਉਹ ਐਂਟੀਲੀਆ ਦੇ ਲੋਕੇਸ਼ਨ ਪੁੱਛ ਰਹੇ ਸੀ ਜਿਸ ਦੇ ਚੱਲਦੇ ਪੁਲਿਸ ਨੇ ਨਾਕੇਬੰਦੀ ਕਰਕੇ ਸਖਤ ਸੁਰੱਖਿਆ ਐਂਟੀਲੀਆ ਦੇ ਬਾਹਰ